ਮੈਂ ਭਾਵੇਂ ਥੋੜ੍ਹੀ ਬਹੁਤੀ ਵਾਰਤਕ ਵੀ ਲਿਖੀ, ਪਰ ਮੈਂ ਮੂਲ ਰੂਪ ਦੇ ਵਿੱਚ ਕਵਿਤਾ ਹੀ ਜ਼ਿਆਦਾ ਲਿਖੀ ਹੈ। ਔਰ ਪਹਿਲੀ ਕਿਤਾਬ ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਪਹਿਲਾਂ 1978 ਦੇ ਵਿੱਚ ਅਗਸਤ ਮਹੀਨੇ ਮੇਰੀ ਛਪੀ, ਔਰ ਸ਼ੀਸ਼ਾ ਝੂਠ ਬੋਲਦਾ ਹੈ ਨਾਂ ਥੱਲੇ ਉਹ ਨਿਊ ਏਜ ਬੁੱਕ ਸੈਂਟਰ ਅੰਮ੍ਰਿਤਸਰ ਸੀ, ਉਹਨਾਂ ਨੇ ਛਾਪੀ ਸਾਹਿਬ ਪਿਆਰਾ ਸਿੰਘ ਨੇ, ਅਤੇ ਉਸ ਨੂੰ ਜਗੀਰ ਸਿੰਘ ਜਗਤਾਰ ਔਰ ਰਾਮ ਸਰੂਪ ਪਣਖੀ ਹੋਰਾਂ ਨੇ ਬਰਨਾਲਾ 'ਚ ਉਸ ਨੂੰ ਲੋਕ ਅਰਪਣ ਕੀਤਾ। ਉਸ ਕਿਤਾਬ ਦੇ ਰਿਵਿਊ ਬੜੇ ਅੱਛੇ ਹੋਏ ਕਿਉਂਕਿ ਉਸ ਕਿਤਾਬ ਦੇ ਵਿੱਚ ਕੁਛ ਜਾਨਦਾਰ ਨਜ਼ਮਾਂ ਸੀ, ਔਰ ਉਹਦਾ ਮੁੱਖ ਮੰਤਰੀ ਵੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਲਿਖਿਆ ਸੀ, ਸੁਰਜੀਤ ਗਿੱਲ ਹੋਰਾਂ ਨੇ, ਨਿੰਦਰ ਗਿੱਲ ਨੇ, ਫਿਰ ਰੱਬ ਤੁਹਾਡਾ ਭਲਾ ਕਰੇ ਆਪਣੇ ਮਿੱਤਰ ਹੁੰਦੇ ਸੀ ਉੱਥੇ, ਦਲਬੀਰ ਸਿੰਘ ਪੰਜਾਬੀ ਟ੍ਰਿਬਿਊਨ ਦੀ ਨੌਕਰੀ ਕੀਤੀ ਜਿਹਨਾਂ ਬਾਅਦ 'ਚ ਉਹਨਾਂ ਨੇ, ਡਾਕਟਰ ਬਿਕਰਮ ਸਿੰਘ ਘੁੰਮਣ ਨੇ ਬੜੇ ਅੱਛੇ ਰਿਵਿਊ ਕੀਤੇ ਉਹਨੇ ਉਸ ਕਿਤਾਬ ਦੇ, ਜਿਹਦੇ ਨਾਲ ਉਹ ਕਿਤਾਬ ਪੜ੍ਹੀ ਬਹੁਤ ਗਈ। ਪਾਸ਼ ਨੇ ਲਿਖਿਆ ਉਹਦੇ ਬਾਰੇ, ਭੂਸ਼ਣ ਹੋਰਾਂ ਨੇ ਲਿਖਿਆ ਉਹਦੇ ਬਾਰੇ, ਹੋਰ ਲੋਕਾਂ ਨੇ ਵੀ ਲਿਖਿਆ, ਔਰ ਕੁਛ ਲੋਕਾਂ ਨੇ ਉਹਦੇ ਬਾਰੇ ਗੱਲ ਕਰਦਿਆਂ ਕਰਦਿਆਂ ਕਿਹਾ ਕਿ ਇੱਕ ਭਵਿੱਖ ਦੀ ਨਵੀਂ ਉਮੀਦ ਬਣ ਦੇ ਰੂਪ ਦੇ ਵਿੱਚ ਮੈਨੂੰ ਪਛਾਣਿਆ ਉਹਨਾਂ ਨੇ। ਮੈਨੂੰ ਚੰਗਾ ਲੱਗਦਾ ਸੀ ਉਦੋਂ ਵੀ, ਔਰ ਸ਼ਾਇਦ ਉਹੀ ਗੱਲ ਸੀ ਕਿ ਮੈਂ ਸਿਰਜਣਾ ਦੇ ਰਾਹ ਤੁਰਦਾ ਤੁਰਦਾ ਅੱਜ ਤੱਕ ਅੱਪੜਿਆ। ਦੂਸਰੀ ਕਿਤਾਬ ਮੇਰੀ ਗਜ਼ਲ ਦੀ ਕਿਤਾਬ ਸੀ, ਉਹਦਾ ਕਾਰਨ ਵੀ ਇਹ ਸੀ ਕਿ ਜੇ ਜਗਰਾਓਂ ਮੈਂ ਨਾ ਜਾਂਦਾ ਜਾਂ ਪ੍ਰਿੰਸੀਪਲ ਸੰਤ ਤਖਤ ਸਿੰਘ ਹੋਰਾਂ ਨਾਲ ਸੰਗਤ ਨਾ ਹੁੰਦੀ ਤਾਂ ਸ਼ਾਇਦ ਮੈਂ ਗਜ਼ਲ ਦੇ ਰਾਹ ਨਾ ਤੁਰਦਾ। ਗਜ਼ਲ ਦੀਆਂ ਬਾਰੀਕੀਆਂ ਨੂੰ ਸਿੱਖ ਕੇ, ਜਿੰਨੀਆਂ ਕੁ ਮੈਨੂੰ ਹੁਣ ਤੱਕ ਆਉਂਦੀਆਂ ਨੇ ਉਹਨਾਂ ਦੀਆਂ ਸਿਖਾਈਆਂ ਹੋਈਆਂ ਨੇ, ਜਾਂ ਉਸਤਾਦ ਸ਼ਾਇਰ ਉਰਦੂ ਦੇ ਨੇ ਬਹੁਤ ਅੱਛੇ ਸਰਦਾਰ ਪੰਛੀ ਸਾਹਿਬ, ਉਹਨਾਂ ਤੋਂ ਕੁਛ ਸਿੱਖਿਆ। ਅਜਾਇਬ ਚਿੱਤਰਕਾਰ ਹੋਰੀ ਮੇਰੇ ਕੁਲੀਗ ਸਨ ਯੂਨੀਵਰਸਿਟੀ ਦੇ ਵਿੱਚ, ਉਹਨਾਂ ਤੋਂ ਕੁਛ ਸਿੱਖਿਆ। ਸੋ ਕੁੱਲ ਮਿਲਾ ਕੇ ਮੈਂ ਜਦੋਂ ਪਹਿਲੀ ਕਿਤਾਬ ਗਜ਼ਲ ਦੀ ਲਿਖੀ ਸ਼ੀਸ਼ਾ ਝੂਠ ਬੋਲਦਾ ਤੋਂ ਬਾਅਦ ਵਿੱਚ ਹਰ ਦੁੱਖ ਦਾ ਪਿੰਡ ਮੇਰਾ ਹੈ 1985 ਛਪੀ, ਤਾਂ ਉਸ ਨੂੰ ਵੀ ਚੰਗੀ ਪਛਾਣ ਮਿਲੀ। ਫਿਰ 92 ਦੇ ਵਿੱਚ ਮੇਰੀ ਕਿਤਾਬ ਪੰਜਾਬ ਸੰਤਾਪ ਭਰੀ ਛਪੀ, ਕਵਿਤਾ ਦੀ ਕਿਤਾਬ ਸੀ, ਬੋਲ ਮਿੱਟੀ ਜੈ ਬਾਵਿਆ। ਫਿਰ 2000 ਦੇ ਵਿੱਚ ਅਗਨ ਕਥਾ, ਫਿਰ ਧਰਤੀ ਨਾਦ, ਇਸ ਤਰ੍ਹਾਂ ਚੱਲਦੇ 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 2013 ਦੇ ਵਿੱਚ ਮਨ ਤੰਦੂਰ, ਪਾਰਦਰਸ਼ੀ ਵਿੱਚ ਆਈ। ਗਜ਼ਲ ਦੀਆਂ ਕੁਛ ਕਿਤਾਬਾਂ ਆਈਆਂ ਜਿਵੇਂ ਗੁਲਨਾਰ ਸੀ, ਮਿਰਗਾਵਲੀ ਸੀ, ਰਾਵੀ ਸੀ, ਸੁਰਤਾਲ ਸੀ, ਔਰ ਹੁਣ ਕਿਤਾਬ ਜਿਹੜੀ ਮੇਰੀ ਛਪਣ ਦੇ ਅਧੀਨ ਹੈ ਉਹ ਕਿਤਾਬ ਮੇਰੀ, ਮੈਨੂੰ ਲੱਗਦਾ ਕਿ ਮੇਰੀਆਂ ਆਪਣੀਆਂ ਗਿਣਤੀਆਂ ਵਿਣਤੀਆਂ ਮੁਤਾਬਕ ਬਿਹਤਰੀਨ ਕਿਤਾਬ ਹੋਏਗੀ, ਉਹਦਾ ਨਾਂ ਹੈ ਜ਼ੇਵਰ। ਔਰ ਜਿਹੜੀ ਮੈਂ 50 ਸਾਲ 'ਚ ਗਜ਼ਲ ਲਿਖੀ, ਖਾਸ ਕਰਕੇ 1974 ਤੋਂ ਲੈ ਕੇ 2024 ਤੱਕ, ਉਹਨਾਂ 50 ਸਾਲਾਂ ਦੀ ਗਜ਼ਲ ਸਿਰਜਣਾ ਦੀ ਮੈਂ 8 ਕਿਤਾਬਾਂ ਮੇਰੀਆਂ ਜਿਹੜੀਆਂ ਛਪੀਆਂ ਉਹਨਾਂ ਦਾ ਮੈਂ ਇੱਕ ਵਿਸ਼ੇਸ਼ ਸੰਸਕਰਣ ਛਾਪਿਆ ਇਕੱਠੇ ਸਾਂਝੇ ਰੂਪ ਦੇ ਵਿੱਚ, ਜਿਹਦਾ ਨਾਂ ਹੈਗਾ ਅੱਖਰ ਅੱਖਰ। ਔਰ ਅੱਖਰ ਅੱਖਰ ਕਿਤਾਬ ਮੇਰੀ ਜਿਹੜੀ ਹੈਗੀ ਉਹਦੇ 'ਚ ਮੇਰੀਆਂ 8 ਕਿਤਾਬਾਂ ਨੇ, ਔਰ ਇਹ 8 ਦੀਆਂ 8 ਕਿਤਾਬਾਂ ਜਿਹੜੀਆਂ ਨੇ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਸ਼ਾਇਦ ਇਹਨਾਂ ਵਾਲੀਆਂ ਪੰਜਾਬੀ ਗਜ਼ਲ 'ਚ ਹੋਰ ਕਿਸੇ ਨੇ ਨਾਂ ਲਿਖਿਆ ਹੋਵੇ। ਔਰ ਮੈਨੂੰ ਮਾਣ ਇਸ ਗੱਲ ਦਾ ਕਿ ਇਹ ਕਿਤਾਬ ਜਿਹੜੀ ਇੱਕ ਸਾਲ ਦੇ ਵਿੱਚ ਹੀ ਲਗਭਗ 500 ਕਾਪੀਆਂ ਇਹਦੀਆਂ ਦੇਸ਼ ਔਰ ਵਿਦੇਸ਼ ਦੇ ਵਿੱਚ ਪਾਠਕਾਂ ਤੱਕ ਪਹੁੰਚ ਚੁੱਕੀਆਂ ਨੇ। ਮੈਂ ਕਵਿਤਾ ਦੇ ਵਿੱਚ ਪਿਛਲੇ ਸਾਲ ਜਦੋਂ ਕਿਤਾਬ ਮੇਰੀ ਆਈ ਚਰਖੜੀ, ਤਾਂ ਉਹ ਨਿਰੋਲ ਨਜ਼ਮ ਦੀ ਕਿਤਾਬ ਹੈ, ਹੋਰ ਵੀ ਕੁਛ ਕਿਤਾਬਾਂ 'ਚ ਨਜ਼ਮਾਂ ਮੇਰੀਆਂ ਹੈਗੀਆਂ ਨੇ। ਸੋ ਮੈਂ ਅਗਲੇ ਸਮੇਂ ਦੇ ਵਿੱਚ ਇੱਕ ਕਿਤਾਬ ਨਿਰੋਲ ਕਵਿਤਾ ਦੀ ਵੀ ਪਬਲਿਸ਼ ਕਰ ਰਿਹਾ, ਜਿਸ ਵਿੱਚ ਮੇਰੀ ਪਿਛਲੇ 50 ਸਾਲ ਦੀ ਸਿਰਫ ਕਵਿਤਾ ਜਿਹੜੀ ਹੈਗੀ ਉਹ ਹੈ, ਕੁਛ ਰਵਾਈਆਂ ਵੀ ਲਿਖੀਆਂ ਨੇ। ਰਵਾਈਆਂ ਵੀ ਮੇਰੀਆਂ 2 ਕਿਤਾਬਾਂ, ਇੱਕ ਦਾ ਨਾਂ ਜਲਕਣ ਹੈ ਅਤੇ ਦੂਸਰੀ ਮੇਰੀ ਕਿਤਾਬ ਦਾ ਨਾਂ ਸੰਧੂਰਦਾਨੀ ਸੀ, ਇਹ 2 ਕਿਤਾਬਾਂ ਉਹ ਛਪ ਚੁੱਕੀਆਂ। ਇੱਕ ਪੱਤੇ ਪੱਤੇ ਲਿਖੀ ਇਬਾਰਤ ਮੈਂ ਆਪਣੇ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਦੇ ਨਾਲ ਰਲ ਕੇ ਲਿਖੀ ਹੈ, ਉਸ ਕਿਤਾਬ ਦੇ ਵਿੱਚ ਤਸਵੀਰਾਂ ਉਹਨਾਂ ਨੇ ਸਾਰੀਆਂ ਕੀਤੀਆਂ ਨੇ ਅਤੇ ਰਵਾਈਆਂ ਸਾਰੀਆਂ ਮੇਰੀਆਂ ਨੇ, ਉਹ ਪੱਤਿਆਂ ਨਾਲ ਸੰਬੰਧਿਤ ਸ਼ਾਇਰੀ ਸਾਰੀ। ਔਰ ਇਸ ਤੋਂ ਬਿਨਾਂ ਵਾਰਤਕ 'ਚ ਕਿਤਾਬ ਮੇਰੀ ਬਹੁਤ ਪੜ੍ਹੀ ਗਈ ਸੀ, ਉਹਦਾ ਨਾਂ ਸੀ ਕੈਮਰੇ ਦੀ ਅੱਖ ਬੋਲਦੀ, ਉਹ ਵਾਤਾਵਰਣ ਬਾਰੇ, ਸੜਕ ਸਲੀਕੇ ਬਾਰੇ, ਉਹ ਸਾਹਿਬ ਬਰਜਿੰਦਰ ਸਿੰਘ ਦੀ ਪ੍ਰੇਰਨਾ ਨਾਲ ਅਸੀਂ ਲਿਖੀ ਸੀ, ਅਜੀਤ ਵਿੱਚ ਪਹਿਲਾਂ ਸਰਕੂਲੇਟ ਹੋਈ ਉਹ,
ਛਪੀ ਔਰ ਬਾਅਦ ਵਿੱਚ ਪੁਸਤਕ ਰੂਪ ਦੇ ਵਿੱਚ 1999 ਦੇ ਵਿੱਚ ਪਬਲਿਸ਼ ਹੋਈ। ਅਸੀਂ ਸਾਰੇ ਇਸ ਗੱਲ ਦੇ ਵਿੱਚ ਬੜਾ ਬਦਨਾਮੀ ਕਰਦੇ ਹਾਂ ਨੌਜਵਾਨ ਪੀੜ੍ਹੀ ਦੀ ਕਿ ਨੌਜਵਾਨ ਜਿਹੜੇ ਖਾਸ ਕਰਕੇ ਕਾਲਜਾਂ ਸਕੂਲਾਂ 'ਚ ਪੜ੍ਹਦੇ ਨੇ ਉਹ ਆਪਣੇ ਟੀਚਰ ਦੀ ਇੱਜ਼ਤ ਨਹੀਂ ਕਰਦੇ, ਅਧਿਆਪਕ ਦੀ ਇੱਜ਼ਤ ਨਹੀਂ ਕਰਦੇ। ਮੈਨੂੰ ਲੱਗਦਾ ਕਿ ਇਹ ਸਵਾਲ ਨੂੰ ਉਲਟਾ ਲੈਣਾ ਚਾਹੀਦਾ, ਅਸਲ 'ਚ ਅਧਿਆਪਕ ਇੱਜ਼ਤ ਲੈਂਦੇ ਨਹੀਂ। ਜਿਨ੍ਹਾਂ ਅਧਿਆਪਕਾਂ ਨੇ ਕੁਛ ਵੀ ਬੱਚਿਆਂ ਨੂੰ ਦਿੱਤਾ ਉਹ ਕਦੇ ਉਹਨੂੰ ਵਿਸਾਰਦੇ ਨਹੀਂ, ਕਿਉਂਕਿ ਮੈਂ ਤਾਂ ਇਸ ਗੱਲ ਦਾ ਚਸ਼ਮਦੀਦ ਗਵਾਹ ਵੀ ਹਾਂ ਔਰ ਇਸ ਗੱਲ ਨੂੰ ਮਾਣ ਵੀ ਰਿਹਾ ਕਿ ਜਿਹੜੇ ਵਿਦਿਆਰਥੀ ਮੇਰੇ ਕੋਲ ਦੁਰਾਹਾ 'ਚ ਪੜ੍ਹੇ ਗੁਰੂ ਨਾਨਕ ਨੈਸ਼ਨਲ ਕਾਲਜ 'ਚ ਹੁਣ ਤੱਕ ਵੀ ਮੈਨੂੰ ਰਿਸ਼ਤੇ ਰੰਗ ਮਿਲਦੇ ਗਿਲਦੇ ਆ ਔਰ ਮੈਨੂੰ ਉਹਨਾਂ ਵਕਤਾਂ ਦੇ ਕੁਛ ਇੱਕ ਬੋਲ ਸੁਣਾ ਦਿੰਦੇ ਨੇ ਜਿਹੜੇ ਬੋਲ ਮੈਂ ਕਿਸੇ ਵੇਲੇ ਕਲਾਸ 'ਚ ਬੋਲੇ ਸੀ ਕਿ ਤੁਸੀਂ ਮੈਨੂੰ ਫਲਾਣੇ ਵੇਲੇ ਆਹ ਕਹਿਆ, ਫਿਰ ਉਹਨੇ ਜ਼ਿੰਦਗੀ ਮੇਰੀ 'ਚ ਆਹ ਤਬਦੀਲੀ ਆਈ, ਲੜਕੀਆਂ ਵੀ ਮਿਲਦੀਆਂ ਨੇ ਲੜਕੇ ਵੀ ਮਿਲਦੇ ਨੇ। ਇਸੇ ਤਰ੍ਹਾਂ ਦੇ ਨਾਲ ਜਦੋਂ ਮੈਂ ਦੁਰਾਹੇ ਸੀ ਉਦੋਂ ਬਾਅਦ ਵਿੱਚ ਮੈਂ ਜਗਰਾਉਂ ਚਲਾ ਗਿਆ ਅਤੇ ਦੁਰਾਹੇ ਵਾਲੇ ਵਿਦਿਆਰਥੀਆਂ 'ਚ ਬਹੁਤ ਸਾਰੇ ਵਿਦਿਆਰਥੀ ਮੈਨੂੰ ਜਗਰਾਉਂ ਵੀ ਆ ਕੇ ਮਿਲਦੇ ਰਹੇ ਔਰ ਮੈਨੂੰ ਯਾਦ ਆਉਂਦਾ ਕਿ ਇੱਕ ਵਾਰ ਤਾਂ ਇੱਥੋਂ ਤੱਕ ਹਾਲਤ ਹੋ ਗਈ ਕਿ ਇਹ ਵੀਰ ਭਾਨ ਸ਼ੁਕਲਾ ਮੁੰਡਾ ਬਹੁਤ ਪਿਆਰਾ ਬੱਚਾ, ਰਾਮਪਾਲ ਸ਼ੁਕਲਾ ਜਿਹਨੂੰ ਭਾਨਾ ਕਹਿੰਦੇ ਨੇ, ਮੁੰਡਾ ਛੰਦਲਾ ਪਿੰਡ ਤੋਂ ਦੁਰਾਹੇ ਪੜ੍ਹਦਾ ਸੀ ਮੇਰੇ ਕੋਲ, ਅਤੇ ਉਹ ਕਾਲਜ ਆ ਗਿਆ ਅਤੇ ਮੈਨੂੰ ਕਹਿੰਦਾ ਸਰ ਅਸੀਂ ਤੁਹਾਨੂੰ ਲੈਣ ਆਏ ਹਾਂ। ਮੈਂ ਕਿਹਾ ਕਿਉਂ ਲੈਣ ਆਏ ਹੋ, ਸਾਡਾ ਨਿੱਜੀ ਜੀ ਲੱਗਦਾ। ਹੁਣ ਦੱਸੋ ਤੁਸੀਂ ਵੀ ਮਤਲਬ ਇੱਕ ਵਿਦਿਆਰਥੀ ਨੂੰ ਇਹ ਨਹੀਂ ਪਤਾ ਕਿ ਮੇਰੀ ਇੱਥੇ ਅਪੁਆਇੰਟਮੈਂਟ ਹੋਈ ਹੋਈ ਹੈ ਅਤੇ ਮੈਂ ਛੱਡ ਕੇ ਜਾ ਨਹੀਂ ਸਕਦਾ, ਅਤੇ ਇੱਕ ਕਿੱਡਾ ਵੱਡਾ ਹੱਕ ਹੈ ਤੁਹਾਡੇ 'ਤੇ। ਹੁਣ ਤੱਕ ਵੀ ਉਹ ਫਰਿਜ਼ਨੋ 'ਚ ਰਹਿੰਦਾ, ਜਦੋਂ ਮੈਂ ਕਦੇ ਮਿਲਦਾ ਗਿਲਦਾ ਉਹ ਇੱਕ ਕਿਰਦਾਰ ਦੇ ਰੂਪ 'ਚ ਵੀ ਜਸਵਿੰਦਰ ਭੱਲਾ ਨੇ ਕਈ ਕੈਸੇਟ 'ਚ ਵੀ ਪੇਸ਼ ਕੀਤਾ, ਬੜਾ ਪਿਆਰਾ ਮੁੰਡਾ। ਸੋ ਇਸ ਕਿਸਮ ਦੇ ਕਿਰਦਾਰ ਕਈ ਮਿਲਦੇ ਨੇ, ਕੁੜੀਆਂ ਮਿਲਦੀਆਂ ਨੇ ਕਈ, ਉਹ ਆਖਣਗੀਆਂ ਕਿ ਸਰ ਜੇ ਤੁਸੀਂ ਉਸ ਵਕਤ ਸਾਨੂੰ ਲਿਟਰੇਚਰ ਨੂੰ ਸਮਝਣ ਦੀ ਜਾਂਚ ਨਾ ਸਿਖਾਈ ਹੁੰਦੀ ਤਾਂ ਅਸੀਂ ਆਪਣੇ ਘਰਾਂ 'ਚ ਕਿਤਾਬਾਂ ਦੀਆਂ ਨਿੱਕੀਆਂ ਨਿੱਕੀਆਂ ਅਲਮਾਰੀਆਂ ਨਹੀਂ ਸੀ ਖਰੀਦਣੀਆਂ ਅਤੇ ਅਸੀਂ ਲਾਇਬ੍ਰੇਰੀਆਂ ਨਹੀਂ ਸੀ ਬਣਾਉਣੀਆਂ। ਸੋ ਜ਼ਿੰਦਗੀ ਦੇ ਵਿੱਚ ਇਹ ਸ਼ਿਕਵਾ ਕਰਨਾ ਕਿ ਵਿਦਿਆਰਥੀ ਇੱਜ਼ਤ ਨਹੀਂ ਕਰਦਾ, ਮੇਰੇ ਖਿਆਲ ਇਹ ਗੱਲ ਬਹੁਤ ਵੱਡਾ ਇੱਕ ਉਹ ਕੂੜ ਦਾ ਪੁਲੰਦਾ ਆ। ਅਸੀਂ ਇੱਜ਼ਤ ਲੈਂਦੇ ਨਹੀਂ ਕਿਉਂਕਿ ਅਸੀਂ ਉਹਨੂੰ ਸਿਰਫ ਅਤੇ ਸਿਰਫ ਇੱਕ ਵਿਦਿਆਰਥੀ ਸਮਝ ਰੋਲ ਨੰਬਰ ਸਮਝ ਲੈਂਦੇ ਹਾਂ, ਵਿਦਿਆਰਥੀ ਇਕੱਲਾ ਰੋਲ ਨੰਬਰ ਨਹੀਂ ਹੁੰਦਾ। ਮੈਨੂੰ ਚੇਤੇ ਆ ਗਈ ਗੱਲ ਕਿ 2003 ਦੇ ਵਿੱਚ ਮੈਂ ਪਹਿਲੀ ਵਾਰ ਕੈਨੇਡਾ ਗਿਆ ਅਤੇ ਰੇਡੀਓ 'ਤੇ ਮੇਰੀ ਮੁਲਾਕਾਤ ਕਰ ਰਿਹਾ ਸੀ ਕੋਈ ਦੋਸਤ ਅਤੇ ਉਹ ਟੈਲੀਕਾਸਟ ਤੁਹਾਨੂੰ ਪਤਾ ਬ੍ਰਾਡਕਾਸਟ ਬਹੁਤ ਦੂਰ ਤੱਕ ਹੁੰਦੀ ਹੈ ਅਤੇ ਮੈਨੂੰ ਕਿਸੇ ਦੂਰ ਦਰਾਜ ਥਾਂ ਤੋਂ ਇੱਕ ਟੈਲੀਫੋਨ ਆਉਂਦਾ, ਕਹਿੰਦਾ ਸਰ ਮੈਂ ਤੁਹਾਡਾ ਵਿਦਿਆਰਥੀ ਹਾਂ। ਮੈਂ ਕਿਹਾ ਜੀ ਤੁਹਾਡਾ ਨਾਂ ਕੀ ਹੈ? ਉਹਨੇ ਨਾਂ ਦੱਸਿਆ ਆਪਣਾ। ਮੈਂ ਕਿਹਾ ਮੈਨੂੰ ਤਾਂ ਪਛਾਣ ਨਹੀਂ ਆ ਰਹੀ ਟੈਲੀਫੋਨ, ਹੁਣ ਰੇਡੀਓ 'ਤੇ ਮੈਂ ਕਿਵੇਂ ਪਛਾਣ ਸਕਦਾ? ਕਹਿੰਦਾ ਜੀ ਤੁਸੀਂ ਯਾਦ ਕਰੋ ਮੈਂ ਰੋਜ਼ ਪਿੱਛੇ ਬਹਿੰਦਾ ਹੁੰਦਾ ਸੀ ਅਤੇ ਤੁਸੀਂ ਮੈਨੂੰ ਰੋਜ਼ ਉਠਾ ਕੇ ਪਿਛਲੀ ਕਤਾਰ 'ਚੋਂ ਫਰੰਟ ਰੋਜ਼ ਬਿਠਾਉਂਦੇ ਹੁੰਦੇ ਸੀ। ਮੈਂ ਕਿਹਾ ਮੈਨੂੰ ਫਿਰ ਨਹੀਂ ਯਾਦ ਆ ਰਿਹਾ, ਮੈਂ ਬਹੁਤ ਸਾਰਿਆਂ ਨੂੰ ਪਿਛਲੀ ਕਤਾਰ 'ਚੋਂ ਲਿਆ ਕੇ ਪਹਿਲੀ ਕਤਾਰ 'ਚ ਬਹਾਲਦਾ ਸੀ। ਕਹਿੰਦਾ ਜੀ ਤੁਸੀਂ ਯਾਦ ਕਰੋ ਮੈਂ ਪੰਜਾਬੀ ਦੀ ਕਿਤਾਬ ਉਦੋਂ ਮਿਲਦੀ ਨਹੀਂ ਸੀ ਅਤੇ ਤੁਸੀਂ ਮੈਨੂੰ ਲੁਧਿਆਣਿਓਂ ਲਿਆ ਕੇ ਦਿੱਤੀ ਸੀ। ਮੈਂ ਕਿਹਾ ਯਾਰ ਮੈਂ ਤਾਂ ਕਈਆਂ ਨੂੰ ਲਿਆ ਕੇ ਦਿੱਤੀ ਸੀ। ਅਲਟੀਮੇਟਲੀ ਉਹ ਕਹਿੰਦਾ ਜੀ ਇੱਕ ਗੱਲ ਹੋਰ ਦੱਸਾਂ, ਇੱਕ ਵਾਰੀ ਨਾ ਮੈਂ ਕਲਾਸ ਛੱਡ ਕੇ ਕੰਟੀਨ 'ਚ ਸਮੋਸੇ ਖਾਂਦਾ ਸੀ, ਤੁਸੀਂ ਮੈਨੂੰ ਉੱਥੇ ਫੜ ਲਿਆ ਸੀ ਅਤੇ ਕਿਹਾ ਸੀ ਬੇਟਾ ਕਲਾਸ ਨਾ ਛੱਡਿਆ ਕਰੋ। ਹੁਣ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਯਾਰ, ਬਹੁਤੀਆਂ ਵੱਡੀਆਂ ਗੱਲਾਂ ਨਹੀਂ ਹੈਗੀਆਂ, ਪਰ ਇਹਦੇ ਨਾਲ ਇਹ ਸਾਬਤ ਹੁੰਦਾ ਕਿ ਤੁਹਾਡਾ ਜੇਕਰ ਦਿਲਚਸਪੀ ਆਪਣੇ ਵਿਦਿਆਰਥੀ 'ਚ ਹੈਗੀ ਹੈ ਤਾਂ ਵਿਦਿਆਰਥੀ ਤੁਹਾਡੀ ਦਿਲਚਸਪੀ ਤਾਂ ਉਮਰ ਰੱਖਦਾ, ਪੂਰੀ ਉਮਰ ਤੁਹਾਡੇ ਨਾਲ ਨਾਲ ਜੁੜ ਕੇ ਰਹਿੰਦਾ। ਅਮਰੀਕਾ, ਕੈਨੇਡਾ, ਹਿੰਦੁਸਤਾਨ, ਮੇਰੇ ਖਿਆਲ ਏਡੇ ਏਡੇ ਵਿਸ਼ਵਾਸ ਨਾਲ ਕਈ ਤਾਂ ਆਪਣੇ ਬੱਚਿਆਂ ਨੂੰ ਬੁਲਾਉਣ ਆਉਂਦੇ ਨੇ, ਜਿਹੜੇ ਮੇਰੇ ਤੋਂ 40-45 ਸਾਲ ਪਹਿਲਾਂ ਪੜ੍ਹੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਬੁਲਾਉਣ ਆਉਂਦੇ ਨੇ, ਇਹ ਸਾਡੇ ਸਰ ਨੇ। ਸੋ ਮੈਨੂੰ ਲੱਗਦਾ ਕਿ ਟੀਚਰ ਨੂੰ ਵੀ ਚੌਮੁਖੀ ਚਿਰਾਗ ਬਣਨ ਦੀ ਲੋੜ ਹੈ, ਨਾ ਕਿ ਉਹ ਸਿਰਫ ਇਹ ਭਰਮ ਪਾਲ ਲਵੇ ਕਿ ਜੇ ਅਪੁਆਇੰਟਮੈਂਟ ਹੋ ਗਈ ਤਾਂ ਉਦੋਂ ਬਾਅਦ ਮੈਂ ਲੈਕਚਰ ਹਾਂ, ਟੀਚਰ ਹਾਂ, ਵਿਦਿਆਰਥੀ ਨੇ ਮੇਰੀ ਗੱਲ ਮੰਨਣੀ ਮੰਨਣੀ ਹੈ, ਮੈਂ ਮਨਾਉਣੀ ਮਨਾਉਣੀ ਹੈ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਇਹ ਟੂ ਵੇ ਪ੍ਰੋਸੈਸ ਹੈ। ਜੇ ਉਹ ਚੱਲ ਪਵੇ ਤਾਂ ਮੇਰਾ ਖਿਆਲ ਹੈ ਕਿ ਜ਼ਿੰਦਗੀ ਦੇ ਵਿੱਚ
ਅਧਿਆਪਕ ਵੀ ਆਦਰਸ਼ਕ ਬਣ ਸਕਦਾ ਅਤੇ ਵਿਦਿਆਰਥੀ ਵੀ ਉਹ ਤੋਂ ਬਹੁਤ ਕੁਝ ਅਟੇਨ ਕਰ ਸਕਦਾ, ਹਾਸਿਲ ਕਰ ਸਕਦਾ।